ਅੱਗ ਲੱਗਣ ਦੇ ਕਾਰਨਾਂ ਤਾਂ ਨਹੀਂ ਪਤਾ ਲੱਗ ਸਕਿਆ। 12:30 ਵਜੇ ਦੇ ਕਰੀਬ ਇਹ ਹਾਦਸਾ ਹੋਇਆ। ਅੱਗ ਬਹੁਤ ਜ਼ਿਆਦਾ ਸੀਗੀ। ਸਾਡੇ ਐਡਮਿਨਿਸਟ੍ਰੇਸ਼ਨ, ਸਾਡੇ ਸਾਰੇ ਸਾਹਿਬ ਇੱਥੇ ਪਹੁੰਚੇ ਨੇ, SSP ਸਾਹਿਬ ਮਾਨਯੋਗ, SDM ਸਾਹਿਬ, ਸਾਰੇ ਅਫਸਰ ਇੱਥੇ ਪੁਲਿਸ ਦੇ ਵੀ ਪਹੁੰਚੇ ਹੋਏ ਨੇ, ਸਾਡੇ ਫਾਇਰ ਦੇ ਅਧਿਕਾਰੀ, ਮੈਂ ਰਿਟਾਇਰ ਪਰਸਨ ਇੱਥੇ ਪਹੁੰਚੇ, ਅੱਗ ਦੇ ਕੰਟਰੋਲ ਕੀਤਾ, ਸਾਡੇ ਮਾਨਯੋਗ EO ਸਾਹਿਬ ਵੀ ਪਹੁੰਚੇ ਹੋਏ ਨੇ। ਅੱਗ ਦਾ ਹਾਦਸਾ ਜਿਹੜਾ ਸਮਰਾਲੇ ਤੋਂ ਮੰਗਾਈ ਹੈ, ਗੋਬਿੰਦਗੜ੍ਹ ਤੋਂ 2 ਗੱਡੀਆਂ ਮੰਗਾਈ ਹੈ, ਖੰਨਾ, ਸਾਡੀਆਂ 3 ਗੱਡੀਆਂ ਲੱਗੀਆਂ ਹੋਈਆਂ ਨੇ। ਅੱਗ ਦੇ ਕੰਟਰੋਲ ਕਰਦੇ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ, ਮਾਲੀ ਹੋਇਆ ਥੋੜ੍ਹਾ ਬਹੁਤਾ, ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਗੱਡੀ ਕਿੱਥੋਂ ਆ ਰਹੀ ਸੀ, ਕਿੱਥੇ ਜਾ ਰਹੀ ਸੀ? ਇਹ ਲੁਧਿਆਣੇ ਤੋਂ ਇੱਧਰ ਨੂੰ ਗੋਬਿੰਦਗੜ੍ਹ ਵਾਲੀ ਸਾਈਡ ਤੇ ਜਾ ਰਹੀ ਸੀ। ਕੋਈ ਨਹੀਂ ਪਤਾ ਲੱਗ ਸਕਿਆ, ਨੰਬਰ ਮਿਟੇ ਹੋਏ ਨੇ। ਆਇਲ ਹੈ, ਡੀਜ਼ਲ, ਆਹ ਦੇਖੋ ਤੁਸੀਂ ਦੇਖਿਆ, ਮੈਂ ਚੇ ਆਈ ਥਿੰਕ ਮਿੱਟੀ ਦਾ ਤੇਲ ਕੈਰੋਸੀਨ। ਕਿੰਨਾ ਕੁ ਨੁਕਸਾਨ ਹੋਇਆ ਜੀ? ਅਰਾਊਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ GT ਰੋਡ ਖੰਨਾ ਜਿਹੜਾ ਸਾਡਾ ਹਾਈਵੇ, ਉੱਥੇ ਆਇਲ ਟੈਂਕਰ ਜਾ ਰਿਹਾ ਸੀਗਾ। ਉਹਦੀ ਡਿਵਾਈਡਰ 'ਤੇ ਹੀ, ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ, ਡਿਵਾਈਡਰ ਸਾਈਡ 'ਤੇ ਹੀ ਟੱਚ ਹੋਈ ਹੈ ਉਹਦੀ ਟੈਂਕਰ, ਅਤੇ ਉਸ ਕਰਕੇ ਉਹਦੀ ਪੂਰੇ ਆਇਲ ਟੈਂਕਰ ਨੂੰ ਹੀ ਅੱਗ ਲੱਗ ਗਈ ਸੀ। ਮਤਲਬ ਕਿਸੇ ਨਾਲ ਕੋਲੀਜਨ ਨਹੀਂ ਹੈ, ਜੋ ਇਨਫੋਰਮੇਸ਼ਨ ਆਈ ਹੈ, ਅਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਆਇਲ, ਅਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ, ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ। ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਅਸੀਂ ਇਮੀਡੀਏਟਲੀ ਐਕਟ ਅਪੋਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀਗੇ, ਲੱਕੀਲੀ ਬਿਕੋਜ਼ ਮੰਡੀ ਗੋਬਿੰਦਗੜ੍ਹ ਵੀ ਨਾਲ ਹੀ ਹੈ ਖੰਨਾ ਦੇ, ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ, ਅਤੇ 4 ਤੋਂ 5 ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ, ਅਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ, ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ। ਜਿਹੜਾ ਡਰਾਈਵਰ ਅਤੇ ਇੱਕ ਹੋਰ ਸੀਗਾ, ਉਹ SMO ਖੰਨਾ ਦੀ ਵਰਜ਼ਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ, ਇੱਕ ਦੇ ਥੋੜ੍ਹੀ ਜਿਹੀ ਉਂਗਲ 'ਤੇ ਥੋੜ੍ਹੀ ਜਿਹੀ ਬਰਨ ਹੈਗਾ, ਔਰ ਦੂਜੇ ਦੇ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ, ਬੋਥ ਆਰ ਸਟੇਬਲ, ਐਂਡ ਥੋੜ੍ਹੀ ਐਂਗਜ਼ਾਇਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ 'ਚ, ਅਦਰਵਾਈਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ। ਟ੍ਰੈਫਿਕ ਡਾਈਵਰਟ ਹੋ ਗਿਆ, ਬੀਇੰਗ ਹਾਈਵੇ ਥੋੜ੍ਹਾ ਬਹੁਤ ਇੱਥੇ ਇਨੀਸ਼ੀਅਲ ਜਾਮ ਲੱਗਿਆ ਸੀਗਾ, ਪਬਲਿਕ ਨੂੰ ਵੀ ਮੂਵ ਬਾਹਰ ਸਾਈਡ 'ਤੇ ਕਰ ਦਿੱਤਾ ਗਿਆ ਸੀ। ਸੋ ਥੈਂਕਫੁਲੀ ਐਵਰੀਥਿੰਗ ਇਜ਼ ਇਨ ਕੰਟਰੋਲ, ਔਰ ਹੁਣ ਕਰੇਨ ਵਗੈਰਾ ਵੀ ਆ ਗਈ ਹੈ, ਔਰ ਫਾਇਰ ਟੈਂਡਰਸ ਆਈ ਜਾ ਰਹੇ, ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦੇਈਏ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।